ਫਾਰੂਕ ਭਾਈ, ਅੱਜ ਕੱਲ੍ਹ ਇੱਕ ਫੈਸ਼ਨ ਬਣਿਆ ਸਾਡੇ ਸਟੇਜਾਂ ਉੱਤੇ, ਕੋਈ ਨਬੀ ਦੇ ਯਾਰਾਂ ਨੂੰ ਬਕਵਾਸ ਕਰ ਰਿਹਾ ਤੇ ਕੋਈ ਨਬੀ ਦੇ ਅਹਿਲੇ ਬੈਤ ਨੂੰ ਪੌਂਕ ਰਿਹਾ। ਇੱਕ ਸ਼ੇਰ ਮੈਂ ਸੁਣਾਉਣਾ ਤੇ ਤੁਸੀਂ ਦੋਵੇਂ ਹੱਥ ਖੜੇ ਕਰਕੇ ਸੁਭਾਨ ਅੱਲਾਹ ਕਹਿਣਾ ਤੇ ਮੈਂ ਮਾਈਕ ਛੱਡ ਰਿਹਾ। ਰੁਖ ਪਾਕ ਅਲੀ ਵੇਖੇ, ਓ ਰੁਖ ਪਾਕ ਅਲੀ ਵੇਖੇ, ਸਦੀਕ ਇਬਾਦਤ ਲਈ ਰੁਖ ਪਾਕ ਅਲੀ ਵੇਖੇ, ਮਸਰੂਫ ਹੈਦਰ ਦੇ ਦੀਦਾਰ ਚ ਰਹਿੰਦਾ ਏ, ਮਸਰੂਫੋਂ ਹੈਦਰ ਦੇ। ਜਿਹੜਾ ਮੰਨ ਗਿਆ ਬੋਲੇ ਯਾਰ, ਬਲਕਿ ਦੋਵੇਂ ਹੱਥ ਖੜੇ ਕਰੇ ਇੱਕ ਵਾਰੀ ਆਖੇ, ਮਸਰੂਫੋਂ ਹੈਦਰ ਦੇ ਦੀਦਾਰ ਚ ਰਹਿੰਦਾ ਏ, ਇਸ਼ਕ ਚ ਰਹਿੰਦਾ ਏ। ਅਲੀ ਪਿਆਰ ਚ ਰਹਿੰਦਾ ਏ। ਇੱਕ ਨਾਰਾ ਲਾਣਾ ਮੈਂ, ਮੇਰੇ ਵੱਲ ਵੇਖਣਾ ਜ਼ਰਾ ਕਰ।